ਇਹ ਇਹ ਇਲਜ਼ਾਮ ਲੱਗਦੇ ਨੇ ਕਿ ਜਦੋਂ 4 ਤੋਂ 14 ਤੱਕ ਸੀ ਤਾਂ ਤੁਸੀਂ ਉਦੋਂ ਐਮਐਸਪੀ ਨੂੰ ਲੀਗਲ ਗਾਰੰਟੀ ਕਿਉਂ ਨਹੀਂ ਦਿੱਤੀ ਇਹ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਨੇ ਹੀ ਡਾਕਟਰ ਸੁਆਮੀ ਨਾਥਨ ਜੀ ਦੀ ਕਮਿਸ਼ਨ ਬਿਠਾਈ ਕਿਉਂਕਿ ਇਹਦੇ ਵਾਸਤੇ 13 14 ਲੱਖ ਕਰੋੜ ਰੁਪਈਆ ਚਾਹੀਦਾ 23 ਫਸਲਾਂ ਨੂੰ ਖਰੀਦਣ ਵਾਸਤੇ ਤੁਸੀਂ ਕਿਸਾਨਾਂ ਨੂੰ ਲੈ ਕੇ ਬਹੁਤ ਗੱਲਾਂ ਕਰ ਦਿੱਤੀਆਂ ਪਰ ਲੋਕ ਇਹ ਵੀ ਸਮਝਣਾ ਤੇ ਕਿਸਾਨ ਇਨਫੈਕਟ ਜਾਨਣਾ ਚਾਹੁੰਦੇ ਕਿ ਤੁਸੀਂ 2004 ਤੋਂ 14 ਤੱਕ ਸੱਤਾ ਦੇ ਵਿੱਚ ਸੀ ਸੈਂਟਰ 'ਚ ਜਿਹੜੀਆਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਉਸ ਸਮੇਂ ਹੋ ਸਕਦੀਆਂ ਸੀ ਤੁਸੀਂ 2017 ਤੋਂ ਲੈ ਕੇ 22 ਤੱਕ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਸੀ ਜਦੋਂ ਸੱਤਾ ਸੀ ਤਾਂ ਉਸ ਸਮੇਂ ਹੋ ਸਕਦੀਆਂ ਸੀ ਸੱਤਾ ਤੋਂ ਬਾਹਰ ਬੈਠ ਕੇ ਗੱਲ ਕਰਨੀ ਵਾਅਦੇ ਕਰਨੇ ਬਹੁਤ ਆਸਾਨ ਨੇ ਜਦੋਂ ਸੱਤਾ ਮਿਲ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਦੁਨੀਆ ਬਦਲ ਜਾਂਦੀ ਹੈ ਇਹ ਇਹ ਇਲਜ਼ਾਮ ਲੱਗਦੇ ਨੇ ਕਿ ਜਦੋਂ 4 ਤੋਂ 14 ਤੱਕ ਸੀ ਤਾਂ ਤੁਸੀਂ ਉਦੋਂ ਐਮਐਸਪੀ ਨੂੰ ਲੀਗਲ ਗਾਰੰਟੀ ਕਿਉਂ ਨਹੀਂ ਦਿੱਤਾ ਇਹ ਮੇਰੀ ਇੱਕ ਗੁਜ਼ਾਰਿਸ਼ ਸੁਣ ਲੋ ਇਹ ਡਾਕਟਰ ਮਨਮੋਨ ਸਿੰਘ ਦੀ ਗਵਰਨਮੈਂਟ ਨੇ ਹੀ ਡਾਕਟਰ ਸੁਆਮੀ ਨਾਥਨ ਜੀ ਦੀ ਕਮਿਸ਼ਨ ਬਿਠਾਈ ਸੀ ਬਿਲਕੁਲ ਜਦੋਂ ਸਾਡੀ ਗਵਰਨਮੈਂਟ ਅਖੀਰਲੇ 6 ਮਹੀਨਿਆਂ ਚ ਰਹਿ ਗਈ ਸੀ ਉਦੋਂ ਇਹਦੀ ਰਿਪੋਰਟ ਆਈ ਸੀ ਹਾਂ ਉਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇੱਕ ਵਾਰ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਤੇ 70 ਹਜ਼ਾਰ ਕਰੋੜ ਦਾ ਡਾਕਟਰ ਮਰਮੋਨ ਸਿੰਘ ਨੇ ਕੀਤਾ 5000 ਕਰੋੜ ਦਾ ਕਾਂਗਰਸ ਦੀ ਪਿਛਲੀ ਗਰਮਨੇ ਕੋਆਪਰੇਟਿਵ ਲੋਨ ਮਾਫ ਕੀਤੇ ਨੇ ਵੀ ਡਿਡ ਨਾਟ ਹੈਵ ਦੀ ਪ੍ਰੋਪਰ ਟਾਈਮ ਕਿਉਂਕਿ ਇਹਦੇ ਵਾਸਤੇ 13 14 ਲੱਖ ਕਰੋੜ ਰੁਪਈਆ ਚਾਹੀਦਾ 23 ਫਸਲਾਂ ਨੂੰ ਖਰੀਦਣ ਵਾਸਤੇ ਸੋ ਇਨ ਦੀ ਲਾਸਟ ਮੂਮੈਂਟ ਜਦੋਂ ਇਲੈਕਸ਼ਨ 6 ਮਹੀਨੇ ਰਹਿ ਗਏ ਨੇ ਸਮੋ ਇਟ ਸਲਿਪਟ ਉਸ ਦੀ ਸਲਿਪ ਕਰ ਨਹੀਂ ਅੱਜ ਅਸੀਂ ਬਾਹਰ ਬੈਠੇ ਹਾਂ ਹੂੰ ਹੁਣ ਅੱਜ ਅਸੀਂ ਬਾਹਰ ਬੈਠੇ ਹਾਂ ਤਾਂ ਉਹ ਹੁਣ મોદી ਸਾਹਿਬ ਦੇ ਗਵਰਨਮੈਂਟ ਦੇ ਵਿੱਚ ਹੀ ਨੇ ਨਾ ਹੀ ਕੁਡ ਹੈਵ ਈਜ਼ਲੀ ਪ੍ਰੋਮਿਸਡ ਅੱਜ ਦੇ ਦਿਨ ਤੱਕ ਕੋਈ ਨਾ ਸ਼ਬਦ ਵੀ ਨਹੀਂ ਬੋਲਿਆ ਅਸੀਂ ਸ਼ਬਦ ਬੋਲਿਆ ਗਾਰੰਟੀ ਦਿੱਤੀ ਐਂਡ ਵੀ ਵਿਲ ਸਟੈਂਡ ਬਾਈ ਥੈਟ ਗਾਰੰਟੀ ਇਹ ਇਲਜ਼ਾਮ ਲੱਗਦੇ ਨੇ ਕਿ ਜਦੋਂ 4 ਤੋਂ 14 ਤੱਕ ਸੀ ਤੁਸੀਂ ਉਦੋਂ ਐਮਐਸਪੀ ਨੂੰ ਲੀਗਲ ਗਾਰੰਟੀ ਕਿਉਂ ਨਹੀਂ ਦਿੱਤੀ ਇਹ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਨੇ ਹੀ ਡਾਕਟਰ ਸੁਆਮੀ ਨਾਥਨ ਜੀ ਦੀ ਕਮਿਸ਼ਨ ਬਿਠਾਈ ਕਿਉਂਕਿ ਇਹਦੇ ਵਾਸਤੇ 13-14 ਲੱਖ ਕਰੋੜ ਰੁਪਈਆ ਚਾਹੀਦਾ 23 ਫਸਲਾਂ ਨੂੰ ਖਰੀਦਣ ਵਾਸਤੇ ਤੁਸੀਂ ਕਿਸਾਨਾਂ ਨੂੰ ਲੈ ਕੇ ਬਹੁਤ ਗੱਲਾਂ ਕਰ ਦਿੱਤੀਆਂ ਪਰ ਲੋਕ ਇਹ ਵੀ ਸਮਝਣਾ ਤੇ ਕਿਸਾਨ ਇਨਫੈਕਟ ਜਾਨਣਾ ਚਾਹੁੰਦੇ ਕਿ ਤੁਸੀਂ 2004 ਤੋਂ 14 ਤੱਕ ਸੱਤਾ ਦੇ ਵਿੱਚ ਸੀ ਸੈਂਟਰ 'ਚ ਜਿਹੜੀਆਂ ਤੁਸੀਂ ਅੱਜ ਗੱਲਾਂ ਕਰ ਰਹੇ ਹੋ ਉਸ ਸਮੇਂ ਹੋ ਸਕਦੀਆਂ ਸੀ ਤੁਸੀਂ 2017 ਤੋਂ ਲੈ ਕੇ 22 ਤੱਕ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਸੀ ਜਦੋਂ ਸੱਤਾ ਸੀ ਤਾਂ ਉਸ ਸਮੇਂ ਹੋ ਸਕਦੀਆਂ ਸੀ ਸੱਤਾ ਤੋਂ ਬਾਹਰ ਬੈਠ ਕੇ ਗੱਲ ਕਰਨੀ ਵਾਅਦੇ ਕਰਨੇ ਬਹੁਤ ਆਸਾਨ ਨੇ ਜਦੋਂ ਸੱਤਾ ਮਿਲ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਦੁਨੀਆ ਬਦਲ ਜਾਂਦੀ ਹੈ ਇਹ ਇਹ ਇਲਜ਼ਾਮ ਲੱਗਦੇ ਨੇ ਕਿ ਜਦੋਂ 4 ਤੋਂ 14 ਤੱਕ ਸੀ ਤਾਂ ਤੁਸੀਂ ਉਦੋਂ ਐਮਐਸਪੀ ਨੂੰ ਲੀਗਲ ਗਾਰੰਟੀ ਕਿਉਂ ਨਹੀਂ ਦਿੱਤਾ ਇਹ ਮੇਰੀ ਗੁਜ਼ਾਰਿਸ਼ ਸੁਣ ਲੋ ਇਹ ਡਾਕਟਰ ਮਨਮੋਨ ਸਿੰਘ ਦੀ ਗਵਰਨਮੈਂਟ ਨੇ ਹੀ ਡਾਕਟਰ ਸੁਆਮੀ ਨਾਥਨ ਜੀ ਦੀ ਕਮਿਸ਼ਨ ਬਿਠਾਈ ਸੀ ਬਿਲਕੁਲ ਜਦੋਂ ਸਾਡੀ ਗਵਰਨਮੈਂਟ ਅਖੀਰਲੇ 6 ਮਹੀਨਿਆਂ ਚ ਰਹਿ ਗਈ ਸੀ ਉਦੋਂ ਇਹਦੀ ਰਿਪੋਰਟ ਆਈ ਸੀ ਹਾਂ ਉਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਇੱਕ ਵਾਰ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਤਾਂ 70000 ਕਰੋੜ ਦਾ ਡਾਕਟਰ ਮਰਮੂਨ ਸਿੰਘ ਨੇ ਕੀਤਾ 5000 ਕਰੋੜ ਦਾ ਕਾਂਗਰਸ ਦੀ ਪਿਛਲੀ ਗਰਮਨੈਂਟ ਕੋਆਪਰੇਟਿਵ ਲੋਨ ਮਾਫ ਕੀਤੀ ਵੀ ਡਿਡ ਨਾਟ ਹੈਵ ਦੀ ਪ੍ਰੋਪਰ ਟਾਈਮ ਕਿਉਂਕਿ ਇਹਦੇ ਵਾਸਤੇ 13 14 ਲੱਖ ਕਰੋੜ ਰੁਪਈਆ ਚਾਹੀਦਾ 23 ਫਸਲਾਂ ਨੂੰ ਖਰੀਦਣ ਵਾਸਤੇ ਸੋ ਇਨ ਦੀ ਲਾਸਟ ਮੂਮੈਂਟ ਜਦੋਂ ਲੱਖਾਂ 6 ਮਹੀਨੇ ਰਹਿ ਗਏ ਨੇ ਸਮੋ ਇਟ ਸਲਿਪਟ ਉਸ ਦੀ ਸਲਿਪ ਕਰ ਨਹੀਂ ਅੱਜ ਅਸੀਂ ਬਾਹਰ ਬੈਠੇ ਹਾਂ ਹੂੰ ਕੋ ਅੱਜ ਅਸੀਂ ਬਾਹਰ ਬੈਠੇ ਹਾਂ ਤਾਂ ਉਹ ਹੁਣ મોદી ਸਾਹਿਬ ਦੇ ਗਵਰਨਮੈਂਟ ਦੇ ਵਿੱਚ ਹੀ ਨੇ ਨਾ ਹੀ ਕੁਡ ਹੈਵ ਈਜ਼ਲੀ ਪ੍ਰੋਮਿਸਡ ਅਜੇ ਦਿਨ ਤੱਕ ਕੋਈ ਇੱਕ ਸ਼ਬਦ ਵੀ ਨਹੀਂ ਬੋਲਿਆ ਅਸੀਂ ਸ਼ਬਦ ਬੋਲਿਆ ਗਾਰੰਟੀ ਦਿੱਤੀ ਐਂਡ ਵੀ ਵਿਲ ਸਟੈਂਡ ਬਾਈ ਥੈਟ ਗਾਰੰਟੀ